ਭਿੰਡਰਾਂ ਵਾਲਾ ਜਿਹੜਾ ਸੀਗਾ ਉਹ ਇੱਕ ਅੱਤਵਾਦੀ ਸੀਗਾ, ਠੀਕ ਹੈ। ਉਹਦੇ ਕਰਕੇ ਪੰਜਾਬ ਦੇ ਵਿੱਚ 35,000 ਹਿੰਦੂਆਂ ਦਾ ਕਤਲ ਹੋਇਆ। ਨਾ ਬਹੁਤ ਵੱਡਾ ਸਵਾਲ ਹੈ ਉਹਨਾਂ ਦੇ ਲਈ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਰਨੈਲ ਸਿੰਘ ਭਿੰਡਰਾਂਵਾਲਾ ਬਣਾਉਣਾ ਚਾਹੋਗੇ ਜਾਂ ਤੁਸੀਂ ਜਗਤਾਰ ਸਿੰਘ ਹਵਾਰਾ ਜਾਂ ਰਾਜੋਆਣਾ ਆਪਣੇ ਬੱਚਿਆਂ ਨੂੰ ਬਣਾਉਣਾ ਚਾਹੋਗੇ। ਜਿੱਥੇ ਤੱਕ ਮੈਨੂੰ ਲੱਗਦਾ ਵੀ 100 ਚੋਂ 99 ਬੰਦਾ ਕਹੂਗਾ ਵੀ ਨਹੀਂ ਬਣਾਉਣਾ ਚਾਹੋਗੇ, ਫਿਰ ਤੁਸੀਂ ਕੀ ਗੱਲ ਲੋਕਾਂ ਦੇ ਬੱਚਿਆਂ ਨੂੰ ਖਰਾਬ ਕਰਨਾ ਚਾਹ ਰਹੇ ਹੋ। ਔਰ ਉਹਦੀਆਂ ਨੋਰਮਲੀ ਉਹਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਯੂਟਿਊਬ ਤੇ ਪਈਆਂ, ਜਿਹਦੇ ਵਿੱਚ ਉਹ ਕਹਿੰਦਾ ਹੈ ਕਿ ਮੈਂ ਜੇ ਮੇਰੀ ਬੱਸ ਹੈ ਜਿਹੜੀ ਉਹਦੀ ਕੋਈ ਬੱਸ ਫੜ ਲਈ ਸੀ ਸਰਕਾਰ ਨੇ ਉਹ ਨਾ ਛੱਡੀ ਗਈ ਤਾਂ ਮੈਂ 5,000 ਹਿੰਦੂ ਨੂੰ ਸ਼ਾਮ ਤੱਕ ਵੜ ਦੂੰਗਾ। ਪਰ ਜਿੱਥੇ ਸ਼ੇਰਾਂ ਦੀ ਜਮਾਤ ਤੇ ਕੋਈ ਗੱਲ ਆ ਜੇ ਫਿਰ ਸ਼ੇਰ ਇਕੱਠੇ ਵੀ ਹੋਣ ਨੂੰ ਟਾਈਮ ਨਹੀਂ ਲਾਉਂਦੇ। ਇਸ ਕਰਕੇ ਅਸੀਂ ਭਾਵੇਂ ਵੱਖ ਵੱਖ ਹੈ ਪਰ ਕਈ ਮੁੱਦਿਆਂ ਤੇ ਅਸੀਂ ਜਿੱਥੇ ਸਾਨੂੰ ਲੱਗਦਾ ਵੀ ਇੱਥੇ ਹੁਣ ਅੜ ਗਿਆ ਕੰਮ ਉੱਥੇ ਅਸੀਂ ਇਕੱਠੇ ਹੋ ਕੇ ਕੰਮ ਕਰ। ਪੰਜਾਬ ਦਾ ਮਾਹੌਲ ਇਹ ਖਰਾਬ ਕਰ ਰਹੇ ਹੈ ਸਿਮਰਨਜੀਤ ਮਾਨ। ਪਰਸੋਂ ਇਹਦੇ ਆ ਕੇ ਬੰਦੇ ਉੱਥੇ ਬੈਠੇ ਹੈ ਜਲੰਧਰ ਦੇ ਵਿੱਚ PRTC ਦੇ ਉੱਥੇ ਬੈਠ ਕੇ ਕਹਿੰਦੇ ਭਿੰਡਰਾਂ ਵਾਲੇ ਦੇ ਪੋਸਟਰ ਲੱਗਣੇ ਚਾਹੀਦੇ ਹੈ। ਇਹ ਲੋਕ ਖਰਾਬ ਕਰਦੇ ਆ ਮਾਹੌਲ ਨੂੰ ਸਾਡਾ। ਦੱਸੋ ਅੱਜ ਤੱਕ ਕਦੀ ਕਿਸੇ ਸ਼ਿਵ ਸੈਨਾ ਵਾਲੇ ਨੇ ਕਦੀ ਕਿਸੇ ਦਾ ਕਿਸੇ ਪੁਲਿਸ ਮੁਲਾਜ਼ਮ ਦਾ ਕਿਸੇ ਦਾ ਗੁੱਟ ਵੱਢਿਆ ਹੋਵੇ ਜਾਂ ਕਿਸੇ ਦੇ ਨਾਲ ਊਂ ਕਿਸੇ ਦੇ ਗੋਲੀਆਂ ਮਾਰੀਆਂ ਹੋਣ ਜਾਂ ਜਿਵੇਂ ਅੱਜ ਕੱਲ੍ਹ ਉਰੇ ਗੈਂਗਸਟਰ ਕਲਚਰ ਚੱਲ ਰਿਹਾ ਹੈ ਸਾਡੇ ਸ਼ਿਵ ਸੈਨਾ ਵਾਲੇ ਦੀ ਕਿਸੇ ਦੀ ਕੋਈ ਇਨਵੋਲਵਮੈਂਟ ਹੋਵੇ ਦੱਸੋ। ਹਾਂ ਇੱਥੇ ਮੁੱਦਾ ਚੱਲ ਰਿਹਾ ਹੈਗਾ ਕਾਲੀ ਮਾਤਾ ਜੀ ਦਾ ਬਾਣਾ ਪਾ ਕੇ ਸਿਗਰਟ ਪੀਂਦੇ ਨਜ਼ਰ ਆ ਰਹੇ ਹੈ ਕਿ ਟੋਰਾਂਟੋ ਦੇ ਵਿੱਚ ਇੱਕ ਫਿਲਮ ਰਿਲੀਜ਼ ਹੋਈ ਪੋਸਟਰ ਰਿਲੀਜ਼ ਹੋਇਆ ਹੈ ਅਤੇ ਕੀ ਲੱਗ ਰਿਹਾ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਜਿਹੜਾ ਪੋਸਟਰ ਰਿਲੀਜ਼ ਨੂੰ, ਠੀਕ ਹੈਗਾ ਕਿ ਗਲਤ ਹੈਗਾ? ਦੇਖੋ ਇਹ ਸਰਾਸਰ ਗਲਤ ਹੈ। ਸਨਾਤਨ ਧਰਮ 'ਤੇ ਲਗਾਤਾਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ ਪ੍ਰਹਾਰ ਹੋ ਰਿਹਾ, ਚਾਹੇ ਉਹ ਇੱਕ ਲੇਟੈਸਟ ਆਹ ਕਾਲੀ ਮਾਤਾ ਦਾ ਮੁੱਦਾ ਹੈ ਜਾਂ ਇਸ ਤੋਂ ਪਹਿਲਾਂ ਵੀ ਕਈ ਇੱਦਾਂ ਦੇ ਹੋ ਚੁੱਕੇ ਹੈ। ਜਿਵੇਂ PK ਫਿਲਮ ਦੇ ਵਿੱਚ ਆਮਿਰ ਖਾਨ ਨੇ ਸ਼ਿਵਜੀ ਭਗਵਾਨ ਨੂੰ ਦੌੜਦੇ ਹੋਏ ਦਿਖਾਇਆ। ਦੇਖੋ ਕਿੱਡਾ ਬੜਾ ਹਿੰਦੂਆਂ ਦੀ ਆਸਥਾ ਦਾ ਆਸਥਾ ਨਾਲ ਮਜ਼ਾਕ ਕੀਤਾ ਜਾਂਦਾ। ਇਹਨਾਂ ਨੂੰ ਪਤਾ ਹੈ ਕਿ ਇਹ ਸੌਫਟ ਕਾਰਨਰ ਹੈ, ਹਿੰਦੂ ਸਮਾਜ ਹੈ ਜਿਹੜਾ ਉਹ ਅਗਰੈਸਿਵ ਨਹੀਂ ਹੈਗਾ ਧਰਮ ਨੂੰ ਲੈ ਕੇ, ਮਤਲਬ ਸ਼ਾਂਤੀ ਪ੍ਰਿਯ ਮਾਹੌਲ ਦੇ ਵਿੱਚ ਰਹਿਣ ਵਾਲਾ ਹੈਗਾ ਅਤੇ ਉੱਥੇ ਆ ਕੇ ਪ੍ਰਹਾਰ ਕਰਦੇ। ਕਿਆ ਕਦੀ ਇਹ ਕਿਤੇ ਮੁਸਲਮਾਨਾਂ ਦੇ ਜਾਂ ਕਦੀ ਸਿੱਖਾਂ ਦੇ ਜਾਂ ਕਦੀ ਕ੍ਰਿਸ਼ਨਾਂ ਦੇ ਕਦੀ ਵੀ ਕੋਈ ਇੱਦਾਂ ਦਾ ਕੁਛ ਕਰਦੇ ਹੈ? ਪਿੱਛੇ ਜੇ ਫਰਾਂਸ ਦੇ ਵਿੱਚ ਕਿਸੇ ਨੇ ਪੈਗੰਬਰ 'ਤੇ ਟਿੱਪਣੀ ਕਰਤੀ ਸੀ ਉਹਨਾਂ ਨੇ ਉੱਥੇ ਜਾ ਕੇ ਹੀ ਮਾਰ ਦਿੱਤਾ, ਠੀਕ ਹੈ। ਫਰਾਂਸ ਦੇ ਵਿੱਚ ਵੜ ਕੇ ਉਸ ਪੱਤਰਕਾਰ ਸੀਗਾ ਕੋਈ, ਉਹ ਕਾਰਟੂਨ ਵਗੈਰਾ ਬਣਾਉਂਦਾ ਸੀਗਾ, ਉੱਥੇ ਉਹ ਕਰ ਦਿੱਤਾ। ਹੁਣ ਜਿਹੜੀ ਇਹ ਕੈਨੇਡਾ ਦੀ ਹੈਗੀ ਹੈ ਜੋ ਟੋਰਾਂਟੋ ਦੀ ਜੋ ਵੀ ਹੈਗੀ ਹੈ ਕੋਈ ਲੀਨਾ ਕਰਕੇ ਹੈ, ਮੈਂ ਤਾਂ ਅੱਜ ਤੱਕ ਇਹਦਾ ਕਦੀ ਨਾਮ ਵੀ ਨਹੀਂ ਸੁਣਿਆ, ਕੋਈ ਡਾਇਰੈਕਟਰ ਹੈ ਅਤੇ ਇਹ ਪਬਲਿਕ ਸੀਗੀ ਪਬਲਿਸਿਟੀ ਸਟੰਟ ਵਾਸਤੇ ਇਹ ਆਹ ਕੁਛ ਇਹ ਕਰਦੇ ਹੈ ਲੋਕ। ਪਰ ਮੈਂ ਕੈਨੇਡਾ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਉੱਥੇ ਬਹੁਤ ਬੜੀ ਤਾਦਾਦ ਹੈ ਜਿਹੜੀ ਹਿੰਦੂਆਂ ਦੀ ਅਤੇ ਸਿੱਖਾਂ ਦੀ ਉੱਥੇ ਹੈਗੀ ਹੈ, ਇਹਦੀ ਜੰਮ ਕੇ ਇਹਦੀ ਮਤਲਬ ਇਹਦੀ ਹਲਕੀ ਫੁਲਕੀ ਇਹਦੀ ਕਟਾਈ ਵੀ ਕਰ ਦਿਉ, ਕਾਨੂੰਨ ਨੂੰ ਹੱਥ 'ਚ ਨਾ ਖੈਰ ਲਓ ਪਰ ਇਹਨੂੰ ਚੰਗੀ ਤਰ੍ਹਾਂ ਇਹਨੂੰ ਜਲੀਲ ਕਰ ਦਿਉ ਤਾਂ ਕਿ ਇਹਨੂੰ ਪਤਾ ਲੱਗ ਜੇ ਵੀ ਇਹ ਕੋਈ ਜੋ ਤੂੰ ਸਨਾਤਨ 'ਤੇ ਟਿੱਪਣੀ ਕਰ ਰਹੀ ਹੈ ਜਾਂ ਤੂੰ ਕਾਲੀ ਮਾਤਾ 'ਤੇ ਜੋ ਤੂੰ ਭੱਦੀ ਜਿਹੜਾ ਹਰਕਤ ਕੀਤੀ ਹੈ ਉਹ ਇਹੋ ਜਿਹੇ ਲੋਕਾਂ ਨੂੰ ਇੱਕ ਮੈਸੇਜ ਮਿਲੇਗਾ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹੀ ਕੋਈ ਇਹ ਗਲਤੀ ਨਾ ਕਰ ਲਵੇ। ਸਰ ਜਿਹੜਾ ਸੈਂਸਰ ਬੋਰਡ ਹੈਗਾ ਆਪਣਾ ਹਿੰਦੁਸਤਾਨ ਦਾ, ਮੈਂ ਸੈਂਸਰ ਬੋਰਡ ਨੂੰ ਇਹ ਕਹਿਣਾ ਚਾਹੁੰਦਾ ਵੀ ਕੈਨੇਡਾ ਦੇ ਵਿੱਚ ਹਜੇ ਮੈਨੂੰ ਇਹਦਾ ਪਤਾ ਨਹੀਂ ਕਿ ਰਿਲੀਜ਼ ਹੋਈ ਹੈ ਕਿ ਨਹੀਂ ਹੋਈ ਫਿਲਮ, ਪਰ ਮੈਂ ਸੈਂਸਰ ਬੋਰਡ ਨੂੰ ਔਰ ਆਪਣੇ ਇੰਡੀਆ ਦਾ ਜਿੰਨੇ ਵੀ ਉਹ ਸਾਡੇ ਸੈਂਟਰ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਇਹਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਜਾਂ ਕਿਸੇ ਵੀ ਤਰੀਕੇ ਨਾਲ ਇੱਥੇ ਰਿਲੀਜ਼ ਨਾ ਹੋਣ ਦਿਆ ਜਾਵੇ, ਨਹੀਂ ਤਾਂ ਮਾਹੌਲ ਬਹੁਤ ਖਰਾਬ ਹੋ ਜਾਏਗਾ। ਅਰਵਿੰਦ ਜੀ, ਗੱਲ ਇਹ ਹੈ ਕਿ ਧਰਮ ਦੀ ਰਾਖੀ ਦੀ ਗੱਲ ਚੱਲਦੀ ਹੈ, ਹਿੰਦੂ ਧਰਮ ਦੀ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਜ਼ਿਆਦਾ ਕਰਕੇ ਤੁਹਾਡੇ ਜਿਹੜੇ ਸ਼ਿਵ ਸੈਨਾ ਦੇ ਕਾਰਿਆਕਰਤਾ ਨੇ ਜਾਂ ਲੀਡਰ ਨੇ ਉਹ ਵੱਧ ਚੜ ਕੇ ਤੁਸੀਂ ਅੱਗੇ ਆਉਂਦੇ ਹੋ, ਪਰ ਉਹ 2-4 ਦਿਨਾਂ ਤੱਕ ਕੁਛ ਦਿਨਾਂ ਤੱਕ ਰਹਿੰਦੀ, ਉਸ ਤੋਂ ਬਾਅਦ ਤੁਸੀਂ ਠੰਡੇ ਪੈ ਜਾਂਦੇ ਹੋ। ਕੀ ਇਹ ਤੁਹਾਡਾ ਹੀ ਨਹੀਂ ਲੱਗਦਾ ਕਿ ਤੁਸੀਂ ਪਬਲਿਸਿਟੀ ਸੈਂਟ ਲੈਂਦੇ ਹੋ, ਤੁਸੀਂ ਆਪ ਇਸ ਤਰ੍ਹਾਂ ਦਾ ਡਰਾਮਾ ਕਰਦੇ ਹੋ, ਮੀਡੀਆ 'ਚ ਆਉਂਦੇ ਹੋ, ਉਸ ਤੋਂ ਬਾਅਦ ਫਿਰ ਸਾਰਾ ਕੁਛ ਉੱਥੇ ਹੋ ਜਾਂਦਾ ਜੀ, ਕਰਦੇ ਹੁੰਦੀ ਕੁਛ ਨਹੀਂ ਹੈ, ਕੋਈ ਕਾਰਵਾਈ ਇਸ ਡਾਇਰੈਕਟਰ 'ਤੇ ਵੀ ਕੋਈ ਕਾਰਵਾਈ ਨਹੀਂ ਹੋਏਗੀ। ਦੇਖੋ ਇੱਦਾਂ ਹੈ, ਉੱਥੇ ਸਾਂਭ ਤੋਂ ਜਾਂਦਾ। ਦੇਖੋ ਇੱਦਾਂ ਹੈ, ਸਾਡੇ ਕੋਲ ਜਿੰਨੇ ਕੁ ਸੋਰਸ ਹੈ ਅਸੀਂ ਆਪਣੇ ਸੋਰਸਾਂ ਦੇ ਹਿਸਾਬ ਨਾਲ ਆਪਣਾ ਕੰਮ ਕਰਦੇ ਹਾਂ। ਦੇਖੋ ਸਾਡੇ ਕੋਲ ਹਿੰਦੂ ਧਰਮ ਦੇ ਵਿੱਚ ਜਿਵੇਂ ਸਿੱਖਾਂ ਕੋਲ SGPC ਹੈ,
ਉਹਨਾਂ ਦਾ ਚੜਾਵਾ ਹੈ ਜਿਹੜਾ ਉਹ ਸਾਰੇ ਦਾ ਸਾਰਾ ਉਹਨਾਂ ਦੇ ਗੁਰਦੁਆਰਿਆਂ ਦੇ ਹੋ ਕੇ ਤੇ ਉਹਨਾਂ ਦੇ ਧਰਮ ਤੇ ਹੀ ਲੱਗਦਾ। ਸਾਡੇ ਜਿਹੜੇ ਮੰਦਰਾਂ ਦੇ ਵਿੱਚ ਚੜਾਵਾ ਚੜਦਾ ਉਹ ਸਾਰੇ ਦਾ ਸਾਰਾ ਸਰਕਾਰਾਂ ਲੈ ਜਾਂਦੀਆਂ। ਸਾਡੇ ਕੋਲ ਕਿਤੇ 10% ਜਾਂ ਕਿਤੇ 5% ਛੱਡ ਦਿੰਦੇ ਆ, ਉਹ ਵੀ ਕਿਤੇ ਮੰਦਰਾਂ ਦੀ ਡਿਵੈਲਪਮੈਂਟ ਵਾਸਤੇ ਜਾਂ ਕੁਛ ਹੋਰ ਉਹਨਾਂ ਵਾਸਤੇ ਲੱਗ ਜਾਂਦਾ। ਮੈਂ 2015 ਤੋਂ ਹਿੰਦੂ ਸੰਗਠਨਾਂ ਦੇ ਨਾਲ ਜੁੜਿਆ ਹੋਇਆ, ਮੈਂ ਖੁਦ ਇਸ ਗੱਲ ਦਾ ਗਵਾਹ ਹੈ ਵੀ ਅਸੀਂ ਵੱਧ ਤੋਂ ਵੱਧ ਇੱਕ ਦਿਨ ਜਾਂ 2 ਦਿਨ ਤੋਂ ਵੱਧ ਅਸੀਂ ਕਦੀ ਪ੍ਰੋਟੈਸਟ ਨਹੀਂ ਕਰਿਆ। ਉਹਦਾ ਕਾਰਨ ਇਹ ਹੈ ਸਾਡੇ ਕੋਲ ਸੋਰਸਾਂ ਦੀ ਕਮੀ ਹੈ। ਹੁਣ ਤੁਸੀਂ ਗੱਲ ਦੇਖੋ ਕਿੰਨਾ ਬੜਾ ਕਿਸਾਨੀ ਅੰਦੋਲਨ ਉਰੇ ਚੱਲਿਆ, 1 ਸਾਲ ਤੱਕ ਉਹ ਬੈਠੇ ਰਹੇ ਉੱਥੇ, ਜਿਹਦੇ 'ਚ ਸਿੱਖ ਸਮਾਜ ਦੀ ਬਹੁਤ ਬੜੀ ਭੂਮਿਕਾ ਰਹੀ ਹੈ। ਉਹਨਾਂ ਨੂੰ ਉੱਥੇ ਹਰ ਫੈਸਿਲਿਟੀ ਮਿਲੀ ਹੈ, ਗਰਮੀਆਂ 'ਚ ਉਹਨਾਂ ਨੂੰ ਕੂਲਰ ਵੀ ਮਿਲੇ, ਏਸੀ ਵੀ ਮਿਲੇ, ਸਰਦੀਆਂ ਦੇ ਵਿੱਚ ਉਹਨਾਂ ਨੂੰ ਰਜਾਈਆਂ ਵੀ ਮਿਲੀਆਂ, ਗੱਦੇ ਵੀ ਮਿਲੇ, ਲੰਗਰ ਤਾਂ ਉਹਨਾਂ ਨੂੰ ਗੁਰਦੁਆਰਿਆਂ ਤੋਂ ਅਵੇਲੇਬਲ ਹੋਏ ਜਾਂਦਾ। ਅਸੀਂ ਇਸ ਕਰਕੇ ਨਹੀਂ ਕਰ ਪਾਉਂਦੇ ਕਿਉਂਕਿ ਸਾਡੇ ਕੋਲ ਸੋਰਸਾਂ ਦੀ ਕਮੀ ਹੈ। ਜਦ ਸਾਡਾ ਵੀ ਜਿਹੜਾ ਚੜਾਵਾ ਹੈ ਉਹ ਸਾਡੇ ਧਰਮ 'ਤੇ ਲੱਗਣਾ ਸ਼ੁਰੂ ਹੋ ਜੂਗਾ, ਫਿਰ ਅਸੀਂ ਵੀ ਠੋਕ ਠੋਕ ਕੇ ਪ੍ਰੋਟੈਸਟ ਕਰਾਂਗੇ ਆਪਣੀ ਗੱਲ ਨੂੰ। ਪਰ ਹੁਣ ਵੀ ਅਸੀਂ ਬੜੀ ਦਲੇਰੀ ਦੇ ਨਾਲ, ਮੈਂ ਹਿੰਦੂ ਸੰਗਠਨਾਂ ਦੀ ਸ਼ਲਾਘਾ ਕਰੂੰਗਾ, ਪੰਜਾਬ ਦੇ ਹਿੰਦੂ ਸੰਗਠਨ ਇੰਨੀ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਪਰ ਉਹ ਆਪਣਾ ਮੁੱਦਾ ਚੱਕਦੇ ਹੈ, ਬੜੀ ਦਲੇਰੀ ਨਾਲ ਚੱਕਦੇ ਹੈ ਔਰ ਆਪਣੇ ਹਿੰਦੂ ਸਮਾਜ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ। ਤੁਸੀਂ ਹਿੰਦੂ ਸਮਾਜ ਦੀ ਗੱਲ ਕਰੋ, ਪੰਜਾਬ 'ਚ ਖਾਸ ਕਰਕੇ, ਕਿਉਂਕਿ ਬਾਕੀ ਹੋਰ ਸਟੇਟ ਵੀ ਹੈਗੇ ਆ, ਪਰ ਜਦ ਵੀ ਕੋਈ ਧਰਮ ਦੀ ਗੱਲ ਆਉਂਦੀ ਪੰਜਾਬ 'ਚ ਸਿਰਸੇਨਾ ਸਭ ਤੋਂ ਜ਼ਿਆਦਾ ਸਰਗਰਮ ਹੋ ਜਾਂਦੀ ਹੈ। ਹੁਣ ਇਹ ਲੇਟੈਸਟ ਇੱਕ ਮੁੱਦਾ ਆਇਆ ਕਿ ਬਈ PRTC ਦੀ ਬੱਸਾਂ 'ਤੇ ਪਿੰਡਰ ਵਾਲਿਆਂ ਦੀ ਫੋਟੋ ਲਾਈ ਜਾਵੇ, ਪੰਜਾਬ ਸਰਕਾਰ ਨੇ ਕੁਛ ਇਸ ਤਰ੍ਹਾਂ ਦੀ ਗੱਲਬਾਤ ਕੀਤੀ, ਹਾਲਾਂਕਿ ਕੋਈ ਨੋਟੀਫਿਕੇਸ਼ਨ ਅਜੇ ਪ੍ਰੋਪਰ ਜਾਰੀ ਨਹੀਂ ਹੋਈ ਹੈ, ਪਰ ਉਹ ਤੁਹਾਡੇ ਵੱਲੋਂ ਮਤਲਬ ਕਿ ਵੀਡੀਓ ਬਣਾ ਕੇ ਕੋਈ ਜਾਰੀ ਹੋਈ ਹੈ, ਉਹ ਵੀ ਅਸੀਂ ਸੋਸ਼ਲ ਮੀਡੀਆ ਦੇਖੀ, ਉਹਦੇ ਬਾਰੇ ਮਤਲਬ ਕਿਉਂ ਇਸ ਤਰ੍ਹਾਂ ਦੇ ਹਰ ਇੱਕ ਮੁੱਦੇ 'ਤੇ ਸ਼ਿਵਸੈਨਾ ਨੇ ਹੀ ਠੇਕਾ ਲਿਆ ਹੋਇਆ ਹਰ ਇੱਕ ਚੀਜ਼ ਦਾ? ਦੇਖੋ ਜਿਹੜੀ ਗੱਲ ਗਲਤ ਹੈ ਉਹਨੂੰ ਸਾਡਾ ਚੱਕਣਾ ਸਾਡਾ ਫਰਜ਼ ਬਣਦਾ, ਔਰ ਜਿਹੜੇ ਲੋਕ ਭਿੰਡਰਾਂ ਵਾਲੇ ਦੀਆਂ ਫੋਟੋਆਂ ਜਾਂ ਜਗਤਾਰ ਸਿੰਘ ਹਵਾਰੇ ਦੀਆਂ ਫੋਟੋਆਂ PRTC ਦੀਆਂ ਬੱਸਾਂ 'ਤੇ ਲਾ ਰਹੇ ਹੈ, ਉਹਨਾਂ ਨੂੰ ਇੱਕ ਬਹੁਤ ਬੜਾ ਮੈਂ ਕੁਐਸਚਨ ਕਰਨਾ ਚਾਹੁੰਦਾ ਹੈ, ਬਹੁਤ ਬੜਾ ਸਵਾਲ ਹੈ ਉਹਨਾਂ ਦੇ ਲਈ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਰਨੈਲ ਸਿੰਘ ਭਿੰਡਰਾਂਵਾਲਾ ਬਣਾਉਣਾ ਚਾਹੋਗੇ ਜਾਂ ਤੁਸੀਂ ਜਗਤਾਰ ਸਿੰਘ ਹਵਾਰਾ ਜਾਂ ਰਾਜੋਆਣਾ ਆਪਣੇ ਬੱਚਿਆਂ ਨੂੰ ਬਣਾਉਣਾ ਚਾਹੋਗੇ? ਜਿੱਥੇ ਤੱਕ ਮੈਨੂੰ ਲੱਗਦਾ ਵੀ 100 ਚੋਂ 99 ਬੰਦਾ ਕਹੂਗਾ ਵੀ ਨਹੀਂ ਬਣਾਉਣਾ ਚਾਹੋਗੇ, ਫਿਰ ਤੁਸੀਂ ਕੀ ਗੱਲ ਲੋਕਾਂ ਦੇ ਬੱਚਿਆਂ ਨੂੰ ਖਰਾਬ ਕਰਨਾ ਚਾਹ ਰਹੇ ਹੋ? ਤੁਸੀਂ ਇਸ ਚੀਜ਼ ਦਾ ਠੇਕਾ ਲਿਆ ਹੋਇਆ ਮਤਲਬ ਕਿ ਕਿਉਂਕਿ ਬਿਲਕੁਲ ਇਹਨੂੰ ਤੁਸੀਂ ਬਿਲਕੁਲ ਇਹਨੂੰ ਭਾਵੇਂ ਤੁਸੀਂ ਠੇਕਾ ਸਮਝ ਲਓ, ਜਿੱਥੇ ਸਾਨੂੰ ਗਲਤ ਲੱਗੇਗਾ ਉਹ ਆਵਾਜ਼ ਅਸੀਂ ਚੱਕਣੀ ਹੈ। ਤੇ ਜਿਹੜੇ ਲੋਕਾਂ ਨੇ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਲਾਇਆ, ਉਹਨਾਂ 'ਤੇ ਭਰੋਸਾ ਨਹੀਂ? ਉਹ ਵੀ ਤਾਂ ਕੁਛ ਕਰਨਗੇ ਉਹਨਾਂ ਉਹਨਾਂ ਨੂੰ ਹੀ ਅਸੀਂ, ਅਗਰ ਅਸੀਂ ਆਵਾਜ਼ ਨਹੀਂ ਚੱਕੂਗੇ ਉਹਨਾਂ ਤੱਕ ਆਵਾਜ਼ ਪਹੁੰਚੂਗੀ ਕਿਵੇਂ? ਅਸੀਂ ਆਵਾਜ਼ ਚੱਕ, ਜਦ ਤੱਕ ਬੱਚਾ ਰੋਂਦਾ ਨਹੀਂ ਹੈ ਤਾਂ ਉਹਨੂੰ ਮਾਂ ਦੁੱਧ ਨਹੀਂ ਪਿਆਉਂਦੀ। ਤੁਹਾਨੂੰ ਲੱਗਦਾ ਕਿ ਸ਼ਿਵਸੈਨਾ ਜਦੋਂ ਬੋਲੇਗੀ ਤਾਂ ਬਿਲਕੁਲ ਅਸੀਂ ਕੰਚ ਪਏਗੀ? ਬਿਲਕੁਲ ਨਹੀਂ 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 ਬਿਲਕੁਲ ਅਸੀਂ ਦੇਖੋ ਸਾਡਾ ਫਰਜ਼ ਬਣਦਾ, ਅਸੀਂ ਆਪਣੀ ਡਿਊਟੀ ਕਰਨੀ ਹੈ, ਅੱਗੇ ਉਹ ਕਰਨ ਨਾ ਕਰਨ, ਔਰ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹਮੇਸ਼ਾ ਕੰਮ ਕਰਦੇ ਹਾਂ, ਅਸੀਂ ਬਿਲਕੁਲ ਲੋਫੁਲ ਜਿੱਦਾਂ ਵੀ ਉਹਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਆਪਣੀ ਗੱਲ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਹਾਂ, ਸਰਕਾਰਾਂ ਤੱਕ ਪਹੁੰਚਾਉਂਦੇ ਹਾਂ, ਅੱਗੇ ਉਹ ਕਰਨ ਨਾ ਕਰਨ ਉਹਨਾਂ ਦੀ ਉਹ। ਜੇ ਭਿੰਡਰਾਂ ਜੀ ਦੀ ਫੋਟੋ ਲੱਗਦੀ ਵੀ ਹੈ PRTC ਤੇ ਤੁਹਾਨੂੰ ਇਤਰਾਜ਼ ਕਿਉਂ ਆ? ਭਾਈ ਸਾਹਿਬ ਭਿੰਡਰਾਂ ਵਾਲਾ ਕੋਈ ਦੇਖੋ ਭਿੰਡਰਾਂ ਵਾਲਾ ਜਿਹੜਾ ਸੀਗਾ ਉਹ ਇੱਕ ਅੱਤਵਾਦੀ ਸੀਗਾ, ਠੀਕ ਹੈ, ਉਹਦੇ ਕਰਕੇ ਪੰਜਾਬ ਦੇ ਵਿੱਚ 35,000 ਹਿੰਦੂਆਂ ਦਾ ਕਤਲ ਹੋਇਆ ਔਰ ਲੋਕ ਬੱਸਾਂ 'ਚੋਂ ਉਤਾਰ ਉਤਾਰ ਕੇ ਹਿੰਦੂ ਮਾਰੇ ਗਏ ਹੈ, ਲਾਲੜੂ ਹੋਇਆ, ਹੋਰ ਕਈ ਜਗ੍ਹਾ ਇਹੋ ਜਿਹਾ ਮੈਂ ਗਿਣ ਸਕਦਾ, ਬੜੀ ਜਗ੍ਹਾ ਬੱਸਾਂ ਦੇ ਵਿੱਚ ਉਤਾਰ ਉਤਾਰ ਕੇ ਹਿੰਦੂਆਂ ਨੂੰ ਮਾਰਿਆ ਗਿਆ ਔਰ ਉਹਦੀਆਂ ਨੋਰਮਲੀ ਉਹਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਯੂਟਿਊਬ 'ਤੇ ਪਈਆਂ, ਜਿਹਦੇ ਵਿੱਚ ਉਹ ਕਹਿੰਦਾ ਹੈ ਕਿ ਮੈਂ ਜੇ ਮੇਰੀ ਬੱਸ ਹੈ ਜਿਹੜੀ ਉਹਦੀ ਕੋਈ ਬੱਸ ਫੜ ਲਈ ਸੀ ਸਰਕਾਰ ਨੇ ਉਹ ਨਾ ਛੱਡੀ ਗਈ ਤਾਂ ਮੈਂ 5,000 ਹਿੰਦੂ ਨੂੰ ਸ਼ਾਮ ਤੱਕ ਵੜ ਦੂੰਗਾ। ਇਹ ਕੀ ਮਤਲਬ ਹੈ ਉਹਦਾ? ਇਹੋ ਜਿਹਾ ਸੰਤ ਹੋਏਗਾ? ਇਹਦੇ ਤੋਂ ਅਸੀਂ ਉਮੀਦ ਨਹੀਂ ਕਰਦੇ। ਮੈਂ ਸਿੱਖਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਇੱਕ ਪ੍ਰੋਪੋਗੰਡੇ ਦੇ ਤਹਿਤ, ਤੁਸੀਂ ਇਹਨਾਂ ਲੋਕਾਂ ਨੂੰ ਤੁਸੀਂ ਵੀ ਬਰਾਬਰ ਦਾ ਜਵਾਬ ਦਿਆ ਕਰੋ ਤਾਂ ਕਿ ਇਹ ਸਿੱਖੀ ਨੂੰ ਗਲਤ ਡਾਇਰੈਕਸ਼ਨ ਵੱਲ ਨੂੰ ਜਿਹੜਾ ਲੈ ਕੇ ਜਾ ਰਹੇ ਹੈ ਉਹਦੇ 'ਤੇ ਬਚਾਅ ਹੋਵੇ। ਇੱਕ ਸਵਾਲ ਹੋਰ ਹੈ ਕਿ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ 'ਚ ਏਕਾ ਨਹੀਂ ਹੈ? ਸ਼ਿਵਸੈਨਾ ਦੇ ਵੱਖ ਵੱਖ ਲੀਡਰ ਜਿਹੜੇ ਨੇ ਜੋ ਵੀ ਨੇ ਉਹ ਆਪਣੀ ਆਪਣੀ ਵੀਡੀਓ ਇੰਡੀਵਿਜੁਅਲ ਪਾ ਕੇ ਵਾਇਰਲ ਕਰ ਰਹੇ, ਪਬਲਿਸਿਟੀ ਸਟੰਟ ਲੈ ਰਹੇ, ਪਰ ਏਕਤਾ ਕਿਤੇ ਨਜ਼ਰ ਨਹੀਂ ਆਉਂਦੀ? ਵੱਖ ਵੱਖ ਤੁਹਾਡੇ ਆਪਣੇ ਗਰੁੱਪ ਬਣੇ ਹੋਏ ਆ। ਦੇਖੋ ਇੱਦਾਂ ਹੈ, ਕੀ ਫਰਕ ਪੈਂਦਾ ਤੁਸੀਂ ਬੋਲੀ ਜਾਓ, ਲੱਗਦਾ ਤੁਹਾਡੀ ਗੱਲ ਦਾ? ਦੇਖੋ ਇੱਦਾਂ ਹੈ, ਅਸੀਂ ਕਈ ਮੁੱਦਿਆਂ 'ਤੇ ਅਸੀਂ ਇਕੱਠੇ ਹੋ ਜਾਂਦੇ ਹਾਂ, ਪਰ ਸਾਡੀ ਕਈ ਵਾਰ ਕੀ ਹੁੰਦਾ, ਇਹ ਜਿਹੜੀ ਸ਼ਿਵਸੈਨਾ ਹੈ ਜਾਂ ਹਿੰਦੂ ਸੰਗਠਨ ਹੈ ਇਹ ਕ੍ਰਾਂਤੀਕਾਰੀਆਂ ਦੀ ਪਾਰਟੀ ਹੈ, ਅਤੇ ਜਿਹੜੇ ਕ੍ਰਾਂਤੀਕਾਰੀ ਲੋਕ ਹੁੰਦੇ ਆ ਉਹ ਸ਼ੇਰ ਹੈ, ਔਰ ਜਿਹੜੇ ਸ਼ੇਰ ਹੁੰਦੇ ਆ ਨਾ
वो कदे भी ये नहीं कि वह झुंडा च रहने हैं, वह कले कले ही जंगलों घूमते होंगे हैं, पर जिथे शेर की जमात पर कोई गल आ जाए फिर शेर कट्ठे भी होने टाइम नहीं लाते। इस करके असी भावें वक् वक् हैं पर कई मुद्दों पर असी जिथे सानू लगता भी इत्थे हुण अड़ गया काम उत्थे असी कट्ठे होके काम करते। पंजाब का माहौल पहले ही खराब है, इस तरह की स्टेटमेंट दे रहे हो, तुसी वीडियो जारी कर रहे हो, इस नाल पंजाब का माहौल, पंजाब का माहौल खराब कर रहे हैं। सिमरनजीत मान परसों इहदे आके बंदे उत्थे बैठे हैं जलंधर के PRTC दे उत्थे बैठ के कहिंदे भिंडरांवाले दे पोस्टर लगने चाहिए, ये लोग खराब करते हैं माहौल नूं। साडा दसो अज तक कभी किसी शिवसेना वाले ने कभी किसी का किसी पुलिस मुलाजम का किसी का गुट वढ़िया होवे या किसी के नाल ऊं किसी के गोलियां मारिया होन या जिमें अजकल उरे गैंगस्टर कल्चर चल रहा है साढ़े शिवसेना वाले की किसी की कोई इनवॉल्वमेंट होवे दसो माहौल असी लोग खराब कर रहे हैं या जिहड़े पाकिस्तान दे विच बैठे हैं गुरबत सिंह पन्नू वर्गे या एक दो होर ने हुण इकट्ठे होए हुए हैं तो ये लोग खराब कर रहे हैं कि शिवसेना वाले कर रहे हैं अपने समाज में जागरूक करना, ये कोई माहौल खराब करना तो नहीं होया। गुरपत पन्नू का नाम ले रहे हो, वो भी वही रास्ता अपना रहे हैं कि वीडियो बना के जी सोशल मीडिया से वायरल कर देंगे, एक मैसेज फैला देंगे, समाज से जाता है वही काम तुसी उसी रास्ते चल। भाई साहब इदा है, फर्क ही है तुहाडे च फिर? नहीं इदा है, वो वीडियो तुसी उहदी वीडियो ना करो कि वो वीडियो बना के पा देंदा है, उहदी वीडियो नूं फॉलो किया जाता है, उन्हें उत्थे कहा भी दिल्ली के झंडा चढ़ा दो मैं इन्ने डॉलर इनाम दूंगा, क्या दिल्ली के विच साडे केसरी झंडे नूं किते सॉरी केसरी कह रहे साडे तिरंगे झंडे नूं उतारिया नहीं गया, उतार के उपरों इदा सिटिया गया, तुसीं देखे होणी वीडियो, उस तो बाद उत्थे झंडा चढ़ाया गया मोगे के DC ऑफिस के झंडा चढ़ाया गया, वो जो उत्थों करी जांदा है वो इन्हां नूं दसी जांदा भी हुण आ करो शिमले के विच उहने कहा सीगा शिमले के विच खालिस्तान के बैनर लग गए उत्थे लिख के ला दिता, हुण लेटेस्ट ही जलंधर के विच अपनी पुलिस छावनी दे उत्थे लिख के चले गए, जो बोलता है इत्थे करी जाने या तो पैसों के लालच में करते हैं करते एक्चुअली पैसों के लालच में है तो बड़ी मंदभागिया गल्लां ने। अरविंद गौतम कौन लीड करदा है? साडे गुरु जी, साडे गुरु जी जगत गुरु पंचानंद गिरी जी वो सानू लीड करते हैं, उन्हां दी असी शिक्षा ते चलते हैं, जो सानू दसदे हैं असी उस हिसाब नाल करी जांदे हैं। हजे तुहाडी एक वीडियो हजे उहदा मैसेज हजे फॉरवर्ड नहीं होया, प्रॉपर गया नहीं होना, नवी वीडियो तुसी फिर पाती SYL मुद्दे ते, तुसी दो चार दिन पहले एक वीडियो पाई है उससे ही पाती, अज एक नवा मुद्दा फिर देखो SYL मुद्दे ते असी एक गल कही है भी जेड़े हरियाणे दे लोग है असी मनुखता दी गल करूंगे क्योंकि असी भाई कन्हैया जी दी सोच ते चलण वाले हैं, असी सहजधारी सिख है, असी पंजाब दे वासी हैं, तो उन्होंने एक गल कही सीगी कि असी मनुखता दे आधार ते जेड़े हरियाणे दे लोग है एक्चुअल च वो नाम चेंज हो गया पर है वह भी पंजाबी हैं और हिमाचल के लोग भी पंजाब दे ही हैं, और चलो छड्डो उन्हूं असी पंजाब नूं छड्ड के असी तां हिंदुस्तान की गल करनी है, तो वह की उन्हां नूं पानी नहीं चाहिए? हरियाणे के लोगों ने किसानी संघर्ष के विच किड्डा साथ दिता, जे वह ना होंदे तां इत्थे चार दिन नहीं बैठ सकते सीगे, ठीक है ना, वो बराबर उन्होंने डांगा खाइया सारा कुछ किया, चलो इन्हां कोल फैसिलिटीज़ अवेलेबल सीगियां पर तादाद उन्हां दी ज़्यादा सीगी, ठीक है, वो करके तो अज पानी के मुद्दे पर की गल जी हरियाणे नूं असी प्यासा मार दूंगे कि असी अपने गुआंढी नूं मरदा देख लांगे, इदा साडी सोच ये नहीं है, सनातन की सोच ये नहीं है। तो लगता कि मतलब पंजाब के लोग हो जाए जी लख हो जाए पंजाब के लोग, असी तो हिंदुस्तान के लोगों की गल करनी है क्योंकि वो लोग सानू लाइक करते हैं, बहुत लोगों के मैनू तो सगों मैसेज आने हरियाणे दे भी आने भी तुसी हिंदी दे विच बोलिया करो असी थोनू सुनना चाहते, कुछ तो सानू समझ आ जाता बाकी कई गल्ला नहीं आंदिया पर मेरी एड्डी प्रैक्टिस नहीं है हिंदी की, सो मैं अगे नू कोशिश करूँगा मैं भी हिंदी च इंटरव्यू वगैरह वीडियो वगैरह पाया करा। जी गल ए है कि जिहड़े पंजाब दे लोग आ ओह कहिंदे ए नहीं कहिंदे कि पंजाब नू पानी ना जावे, वो कहिंदे जाना चाहिए पर सवाल ये है कि पानी का लेवल इन्ना ज़्यादा डाउन हो गया पंजाब दे लोगों नू पूरा नहीं हो रहा, वो कहिंदे फिर किवें दे दईए? भाई साहब ये तो फिर इन्होंने किया है ना, पंजाब का जिहड़ा पानी का लैवल है इन्हां लोगों ने जाता अन्य वाग कढ कढ के पानी उपर झोने नूं लांदे रहे उहदी जगह कोई होर फसल ला लेंदे, पर ये चलो कहिंदे हैं कि लंबी चर्चा हो जाएगी कि उहदे ते MSP नहीं मिलता या कुछ होर है, मैं एक तुहाडे चैनल के माध्यम राही मैं पंजाब सरकार नूं एक मैसेज देना चाहना है भी पंजाब दे विच अफीम भुक्की की खेती इत्थे शुरू कर देनी चाहीदी है जिहदे नाल साडे पानी का बचाव होगा क्योंकि इत्थे दी जिहड़ी धरती है वह
अफीम की खेती के लिए बहुत सूटेबल है और इतने पहला भी होंगी रही है। नंबर एक तो इतने नशेड़ी मुंडे बहुत हो गए हैं जोड़े चिट्टा पीने हैं, वो चिट्टे वाले जोड़े है बेचारे उन्होंने भी थोड़ी जी राहत मिलेगी और अफीम की खेती के नाल इतने के लोगों की किसानों की इनकम बधेगी और अफीम की जब जो डोडे लगते हैं वो वास्ते पानी की इन्नी वरतों नहीं की जाती तो साढ़े पानी का बचा हो जूगा ता ही पंजाब बच सकता। तो यही मैं तो संदेश देना चाहूँगा। महाराज जे असी तो उन्होंने बेनती कर सकते हैं, हाकम तो बेनती करी जा सकती है, असी तो उन्होंने बेनती करते हैं जो सा बेनती प्रवान कर ता बड़ी वधिया गल होएगी, पंजाब दे लोकां दा भला हो जाएगा। जिहड़े मुंडे नित मर रहे हैं देखो शराब इत्थे लीगल कीती हुई है और शराब दे नाल कितना ज़्यादा नुकसान हुंदा है, शराब दे नाल जिहड़े लोग अपने घरां च लड़ाइयां करते हैं, क्राइम कितना हुंदा। अफीम भुक्की वाला बंदा मैं अज तक कदे नहीं देखा, खैर असी कदे यूज़ नहीं किया, असी कदे अज तक कभी अफीम या इहो जिहा कोई नशा नहीं कभी भी किया ना सानू जरूरत है, पर जिहड़ियां नू जरूरत हैगी है उन्होंने अगर मैं देखिया बहुत जाने एक साढ़े बजुर्ग सिगे वो ब 87 की उम्र च जाके उन्होंने डैथ हुई है तो वह अफीम खाते सके पुराने बजुर्ग सिगे, होर भी बड़े लोग जोड़े खाने अज तक उन्होंने कभी कोई लड़ाई झगड़ा नहीं कर कभी कुछ नहीं, आखिरी दिन तक वो साइकिल चलाते रहे हैं। तो ये नशा है जोड़ा साऊ नशा है तो यू इतने लीगल कर देना चाहिए। एक्चुअल की है लीगल इस करके नहीं करते क्योंकि ब्लैक हो रहा है, ब्लैक होके जिन्हें बड़े बड़े लोग है पिछे जे नाम भी आए सी, मैं हुण नाम नहीं लेना चाहता, उन्होंने नाम भी आए सीगे क्योंकि ये ब्लैक करके उन्होंने इनकम उन्होंने ज़्यादा होंगी है इस करके इनू लीगल नहीं कर रहे, बंद हो जाएगा जी। हाँ बिल्कुल बिल्कुल बिल्कुल, हुण मेरे हिसाब ना जिहड़ी भुक्की है जो हुण तो बंद हो गई है राजस्थान दे विच या इत्थे एम पी दे विच, पर जिस टाइम उत्थे ठेके सीगे मेरे हिसाब ना 1000-1500 रुपए की किलो आती सीगी, तो मैनू एग्जैक्ट फिगर नहीं पता। और जिहड़ा चिट्टा है वो बहुत महंगा नशा है, वह एक दिन का मेरे हिसाब ना 4-5 हज़ार का वो ले लें तो इन्हों प्रॉफिट ज़्यादा होंदा जिहड़े ब्लैक करते हैं, कितने देखो एक महीना चलनी है एक किलो अफीम या सॉरी एक किलो भुक्की ता वो 1500 दे विच इन्हां ने की वट लेना, कितने एक दिन की 5000 का चिट्टा हो गया उहदे विच इन्हां नू कितना हो जाना। अरविंद जी एस वाई एल की गल चली है कि पिछे जी सिद्धू मूसेवाला का गाना है उस नाम दिता गया बलविंदर चटाना दा, तुसी बलविंदर चटाना नू की पंजाब दे हित दा समझदे हो? नहीं जी नहीं बिल्कुल नहीं जी, वह लोग अतवादी सीगे, उन्हें 25-26 उन्हें प्रवासी बंदे मारे हैं, सिद्धू मूसे वाले नू चाहिदा सीगा उहदा भी जिक्र करदा भी जिहड़े 26 बंदिआं दे परिवार मारे हैं उहनां दा भी जिक्र करदा, या जिहड़े 2 इंजीनियर मारे सीगे उह साडे पंजाब दे ही सीगे क्या उहनां दे परिवार दा जिक्र कीता उहने? अतवादी जात इह थोड़ी, देखो अतवादी इस लई है इह क्योंकि इह टेबल टॉक नहीं कर सकदे, जिहड़ा बंदा टेबल टॉक करनी जाणदा उह तां गांधी बण जांदा, ਜਿਹੜਿਆਂ ਨੂੰ ਨਹੀਂ ਆਉਂਦਾ ਟੇਬਲ ਟਾਕ ਉਹਨਾਂ ਨੂੰ ਉਹ ਫਿਰ ਅੱਤਵਾਦੀਆਂ ਚ ਗਿਣੇ ਜਾਂਦੇ ਆ, ਰਿਸ਼ਤੇਦਾਰ ਕਹਿੰਦੇ ਸਾਡੇ ਬੱਚਿਆਂ ਨੂੰ ਵੀ ਚਲਾਇਆ ਗਿਆ, ਫਿਰ ਉਹ ਬਾਅਦ ਦੇ ਵਿੱਚ ਹੋਇਆ ਜੀ, ਦੇਖੋ ਐਕਸ਼ਨ ਦਾ ਰਿਐਕਸ਼ਨ ਤਾਂ ਹੋਣਾ ਹੀ ਸੀਗਾ, ਵੈਸੇ ਬੜੀ ਮੰਦਭਾਗੀ ਗੱਲ ਹੋਈ ਹੈ ਔਰ ਕਾਨੂੰਨ ਭਾਈ ਸਾਹਿਬ ਜਿਹੜੇ ਨੇ ਉਹਨਾਂ ਨੂੰ ਜਲਾਇਆ ਸੀਗਾ ਉਹ ਨਿਹੰਗ ਪੁੱਲਾ ਸੀਗਾ, ਨਿਹੰਗ ਪੁੱਲੇ ਨੂੰ ਸਜ਼ਾ ਹੋਈ ਹੈ ਔਰ ਨਿਹੰਗ ਪੁੱਲੇ ਦਾ ਉਸੇ ਵਾਰ ਜੇਲ੍ਹ ਦੇ ਵਿੱਚ ਮਰਡਰ ਵੀ ਹੋਇਆ, ਅਸੀਂ ਉਹਨੂੰ ਬਿਲਕੁਲ ਵੀ ਅਸੀਂ ਸਪੋਰਟ ਨਹੀਂ ਕਰਦੇ, ਉਹ ਬਿਲਕੁਲ ਗਲਤ ਹੋਇਆ ਜਿਹੜਾ ਉਹਦੇ ਪਰਿਵਾਰ ਦੇ ਨਾਲ ਹੋਇਆ। ਬਿਲਕੁਲ ਸਰ, ਇੱਕ ਪਾਸੇ ਜੇ ਆਪਾਂ ਤੁਸੀਂ ਕਿਹਾ ਕਿ ਭਿੰਡਰਾਂ ਵਾਲੇ ਅੱਤਵਾਦੀ ਨੇ, ਜਿਹੜੇ ਉਹ ਸੰਤ ਕਹਿੰਦੇ ਉਹ ਵੀ ਅੱਤਵਾਦੀ, ਸੰਤ ਕਰਦੇ ਆ ਮਿਸਗਾਈਡ ਕਰ ਰਹੇ ਆ ਕਿਉਂਕਿ ਗੁਰੂ ਜੋ ਮਿਸਗਾਈਡ ਕਰ ਰਹੇ ਆ, ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹਦੀਆਂ ਫੋਟੋਆਂ ਲਾ ਰਹੇ ਆ, ਠੀਕ ਹੈ, ਕਿੱਥੇ ਨੂੰ ਲੈ ਕੇ ਜਾ ਰਹੇ ਆ ਇਹ ਸਿੱਖੀ ਨੂੰ? ਗੁਰੂ ਗੋਬਿੰਦ ਸਿੰਘ ਜੀ ਐਡੀ ਵੱਡੀ ਸ਼ਖਸੀਅਤ ਸੀਗੇ, ਗੁਰੂ ਨਾਨਕ ਦੇਵ ਜੀ ਇੰਨੀ ਵੱਡੀ ਸ਼ਖਸੀਅਤ ਸੀਗੇ, ਸਾਰਾ ਦੁਨੀਆ ਸਾਰਾ ਬ੍ਰਹਿਮੰਡ ਉਹਨਾਂ ਨੂੰ ਨਤਮਸਤਕ ਹੁੰਦਾ, ਇਹ ਲੋਕ ਦੱਸੋ ਕਿਸ ਬੰਦੇ ਨੂੰ, ਜਿਹੜਾ ਬੰਦਾ ਆਪਣੀ ਸਪੀਚਾਂ 'ਚ ਕਹਿ ਰਿਹਾ 5000 ਹਿੰਦੂ ਵੱਢ ਦੂੰਗਾ, ਠੀਕ ਹੈ, ਇਹ ਉਹ ਔਰ ਜਿਹੜਾ ਗੁਰਦੁਆਰੇ 'ਚੋਂ ਨਹੀਂ ਨਿਕਲਿਆ, ਹੁਣ ਤੁਸੀਂ ਮੇਰੇ ਤੋਂ ਕੌੜੇ ਸ਼ਬਦ ਕਹਾਉਣਾ ਚਾਹੁੰਦੇ ਹੈ ਤਾਂ ਸੁਣ ਲਓ, ਉਹ ਤਾਂ ਮੌਕੇ 'ਤੇ ਗੁਰਦੁਆਰੇ 'ਚੋਂ ਨਹੀਂ ਨਿਕਲਿਆ, ਬਾਹਰ ਆਉਂਦਾ ਕਹਿੰਦਾ ਵੀ ਗੁਰਦੁਆਰੇ 'ਚ ਕੋਈ ਨਹੀਂ ਵੜੂਗਾ, ਮੈਂ ਸ਼ਹਾਦਤ ਦਊਂਗਾ,
ਤਾਂ ਮੰਨਦੇ ਉਹਨੂੰ ਵੀ ਹਾਂ ਭਾਈ ਕੋਈ ਸੀਗਾ, ਉਹ ਤਾਂ ਅੰਦਰ ਵੜਿਆ ਰਿਹਾ। ਸਰ ਇੱਕ SGPC ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਬਲਵਿੰਦਰ ਚੱਟਾਨ ਦੀ ਫੋਟੋ ਉੱਤੇ SGPC ਮਿਊਜ਼ੀਅਮ 'ਚ ਲਗਾਈ ਹੈ। ਮਹਾਰਾਜ ਉਹਨਾਂ ਨੇ ਤਾਂ ਕਰਨੇ ਸ਼ੁਰੂ ਕਰ ਦਿੱਤੇ ਕੰਮ, ਭਿੰਡਰਾਂ ਵਾਲੇ ਦੀਆਂ ਬਹੁਤ ਫੋਟੋਆਂ ਲਾਈਆਂ ਹੋਈਆਂ ਉੱਥੇ। ਹਿੰਦੂ ਨੂੰ ਖਤਰਾ ਨਹੀਂ, ਹਿੰਦੂ ਜਾਣਾ ਬੰਦ ਕਰ ਦੇਗਾ। ਪਿੱਛੇ ਜੇ ਢੰਡਰੀਆਂ ਵਾਲੇ ਨੇ ਕਿਹਾ ਸੀਗਾ ਭਾਈ ਸੋਚ ਸਮਝ ਕੇ ਜਾਇਓ, ਬਿਲਕੁਲ ਉਹਨੇ ਸਹੀ ਕਿਹਾ ਸੀਗਾ, ਲੋਕ ਡਰਨ ਲੱਗ ਗਏ ਅੱਜ। ਠੀਕ ਹੈ, ਇੱਕ ਫੌਜੀ ਨੂੰ ਵੜ ਦਿੱਤਾ ਸੀ ਗੁਰਦੁਆਰੇ ਦੇ ਵਿੱਚ, ਇੱਕ ਵਿਚਾਰਾ ਉਹ ਗਰੀਬ ਬੱਚਾ ਸੀਗਾ ਰੋਟੀ ਖਾਣ ਆਇਆ, ਦੱਸੋ ਉਹਦੇ ਪਰ ਬੇਅਦਬੀ ਦਾ ਲਾ ਕੇ ਉਹ ਥੋੜ੍ਹਾ ਜਿਹਾ ਮੈਂਟਲੀ ਵੀ ਅਪਸੈਟ ਸੀਗਾ, ਉਹ ਮਾਰਤਿਆ, ਉਹ ਸਜ਼ਾ ਕਿੱਥੇ ਭੁਗਤਣੀ ਹੈ? ਇੱਥੇ ਹੀ ਭੁਗਤ ਕੇ ਜਾਣਾ ਪੈਣਾ ਇਹਨਾਂ ਨੂੰ। ਸਰ ਆਖਰੀ ਵਿੱਚ ਹੈਗਾ, ਹਿੰਦੂ ਧਰਮ ਤੋਂ ਸਿੱਖੀਜ਼ਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ? ਇਨਸਾਨੀਅਤ ਚੱਲ ਰਿਹਾ ਇਸ ਵੇਲੇ, ਇਨਸਾਨੀਅਤ ਚੱਲ ਰਿਹਾ ਹੈਗਾ, ਕਿਤੇ ਬਾਣੇ ਪਾ ਕੇ ਬੇਅਦਬੀ ਹੋ ਰਹੀ ਹੈਗੀ ਹੈ, ਕਿਤੇ ਲੜਾਈ ਝਗੜੇ ਹੋ ਰਹੇ ਨੇ, ਕੀ ਮੈਸੇਜ ਦੋਗੇ ਇਨਸਾਨੀਅਤ? ਦੇਖੋ ਇਨਸਾਨੀਅਤ ਵਾਸਤੇ ਤਾਂ ਹੀ ਕਹਾਂਗੇ ਵੀ ਅਸੀਂ ਰਲ ਮਿਲ ਕੇ ਰਹਿਣਾ, ਇਹ ਦੇਸ਼ ਹੈ ਜਿਹੜਾ ਇਹ ਸਭ ਦਾ ਸਾਂਝਾ ਹੈ, ਇਹ ਹਿੰਦੂਆਂ ਦਾ ਹੈ, ਇਹ ਸਿੱਖਾਂ ਦਾ ਹੈ, ਇਹ ਬੋਧੀਆਂ ਦਾ ਹੈ, ਜੈਨੀਆਂ ਦਾ, ਠੀਕ ਹੈ, ਇਹ ਸਾਂਝਾ ਹੈ ਸਾਡਾ ਸਭ ਦਾ, ਅਤੇ ਅਸੀਂ ਰਲ ਮਿਲ ਕੇ ਰਹਿਣਾ, ਆ ਵਧੀਆ ਸਿੱਖਿਆ ਆਪਣੇ ਬੱਚਿਆਂ ਨੂੰ ਦੇਣੀ ਹੈ, ਔਰ ਇਹ ਇੱਦਾਂ ਦੇ ਲੋਕਾਂ ਤੋਂ ਪਰਹੇਜ਼ ਕਰਨਾ ਜਿਹੜੇ ਦੇਸ਼ ਨੂੰ ਤੋੜਨ ਵਾਲੇ।